बच्चों को अन्याय को अन्याय को युवाओं के साथ खिलवाड़ बंद करो बंद करो बंद करो शिक्षा के साथ खिलवाड़ बंद करो बंद करो बंद करो ਦੇਸ਼ ਭਰ ਦੇ ਵਿੱਚ ਅੱਜ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਨੀਟ ਦੀ ਜੋ UG ਦੀ ਪ੍ਰੀਖਿਆ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਕਾਂਗਰਸ ਅੱਜ ਪ੍ਰੋਟੈਸਟ ਕਰ ਰਹੀ ਹੈ। ਸਿੱਧੇ ਤੌਰ 'ਤੇ ਵਿਦਿਆਰਥੀਆਂ ਵੱਲੋਂ ਜਿਨ੍ਹਾਂ ਵੱਲੋਂ ਆਪਣੇ ਪੇਪਰ ਦਿੱਤੇ ਗਏ ਸੀ, ਪੇਪਰ ਲੀਕ ਦਾ ਮਾਮਲਾ ਸੀ, ਉਸ ਮਸਲੇ ਦੇ ਵਿੱਚ ਅੱਜ ਸਿੱਧੇ ਤੌਰ 'ਤੇ KC ਵੇਣੂਗੋਪਾਲ ਕਾਂਗਰਸ ਜਨਰਲ ਸੈਕਟਰੀ ਹੋਰਾਂ ਵੱਲੋਂ ਇਹ ਕਿਹਾ ਗਿਆ ਕਿ ਅੱਜ ਸੂਬਿਆਂ 'ਤੇ ਸਟੇਟ ਲੈਵਲ 'ਤੇ ਜਿਹੜੇ ਕਿ ਅੱਜ ਪ੍ਰੋਟੈਸਟ ਕੀਤੇ ਜਾਣਗੇ। ਅਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਤਰੀਕੇ ਨਾਲ ਅੱਜ ਕਾਂਗਰਸ ਦੇ ਤਮਾਮ ਵਰਕਰ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ। ਕਿਸ ਤਰੀਕੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਕਹਿ ਸਕਦੇ ਕਿ ਯੂਥ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਬੈਨਰ ਜੋ ਨੈੱਟ ਐਗਜ਼ਾਮ ਦੇ ਲੈ ਕੇ ਇੱਥੇ ਪਹੁੰਚੇ ਸੀਗੇ ਅਤੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਇੱਥੇ ਹੀ ਰੋਕ ਦਿੱਤਾ ਗਿਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਇੱਥੇ ਮੌਜੂਦ ਨੇ। ਲਗਾਤਾਰ ਨਾਰੇਬਾਜ਼ੀ ਜਾਰੀ ਹੈ। ਮਨੋਜ ਜੀ ਕੀ ਕਹਿਣਾ ਚਾਹੁੰਦੇ? ਅਸੀਂ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣਾ ਚਾਹੁੰਦੇ ਹਾਂ ਕਿ ਇਸ ਬਾਰੇ ਬੋਲੀਏ, ਦੱਸੀਏ ਵੀ ਜਿਹੜਾ ਨੀਟ ਦਾ ਐਡਾ ਬੜਾ ਸਕੈਮ ਹੋਇਆ ਇਹਦੇ ਬਾਰੇ ਕੀ ਤੁਸੀਂ, ਤੁਹਾਡਾ ਕੀ ਪਲਾਨ ਹੈ, ਕੌਣ ਇਹਦਾ ਕਲਪਰੀਟ ਹੈ ਅਤੇ ਕਿਉਂ ਹੋਇਆ ਸਾਰੀ ਚੀਜ਼ਾਂ। ਅਸੀਂ ਪ੍ਰਧਾਨ ਮੰਤਰੀ ਤੋਂ ਇਹਦੇ ਬਾਰੇ ਸੁਣਨਾ ਚਾਹੁੰਦੇ ਆ ਕਿ ਇਹ ਨੀ ਕਾਂਗਰਸ ਅਸਤੀਫਾ ਮੰਗ ਰਹੀ ਆ ਸਿੱਖਿਆ ਮੰਤਰੀ ਦਾ, ਕਹਿੰਦੇ 4 ਜੂਨ ਨੂੰ ਨਤੀਜੇ ਆਉਂਦੇ ਆ, 4 ਜੂਨ ਨੂੰ ਨੀਟ ਦੀ ਪ੍ਰੀਖਿਆ ਦੇ ਨਤੀਜੇ ਆਉਂਦੇ, ਬੜੇ ਹੈਰਾਨ। ਮੈਂ ਕਹਿੰਦਾ ਇਸ ਤੋਂ ਬੜਾ ਸਕੈਮ ਪੂਰੇ ਆਪਣੀ ਮੈਂ ਜੀਵਨ 'ਚ ਨਹੀਂ ਦੇਖਿਆ ਅਤੇ ਅਸੀਂ ਪ੍ਰਧਾਨ ਮੰਤਰੀ ਤੋਂ ਸੁਣਨਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਐਡਾ ਬੜਾ ਇਹ ਸਕੈਮ ਕੀਤਾ, ਇਹ ਕਿਹਦੇ ਕਹਿਣੇ 'ਤੇ ਕੀਤਾ ਅਤੇ ਕਿਉਂ ਕੀਤਾ, ਅਤੇ ਪ੍ਰਧਾਨ ਮੰਤਰੀ ਜੀ ਇਹਦੇ ਬਾਰੇ ਕੋਈ ਨਾ ਕੋਈ ਟਿੱਪਣੀ ਆਉਣੀ ਚਾਹੀਦੀ ਹੈ। ਬੱਸ ਦਾ ਜਵਾਬ ਦੇਵਾਂਗੇ, ਸਾਡਾ ਬੱਸ ਆਈ ਹੈ ਅਤੇ ਇਹ ਜਿਹੜੇ ਉਹਨਾਂ ਦੇ ਹੀ ਗੁਰਗੇ ਨੇ ਸਾਰੇ, ਪੁਲਿਸ ਪ੍ਰਸ਼ਾਸਨ ਸਾਰਾ ਕੁਛ ਉਹਨਾਂ ਦਾ ਅਤੇ ਸਾਡਾ ਅਸੀਂ ਹਾਂ ਲੋਕਾਂ ਦੇ ਅਤੇ ਲੋਕਾਂ ਨਾਲ ਖੜਾਂਗੇ ਅਤੇ ਲੋਕਾਂ ਦੀ ਆਵਾਜ਼ ਬਣਾਏ। ਅੱਜ ਤੁਸੀਂ ਕਾਲਾ ਝੰਡਾ ਲੈ ਕੇ ਵੀ ਪ੍ਰਦਰਸ਼ਨ ਕਰ ਰਹੇ ਹੋ, ਸਿੱਧੇ ਤੌਰ 'ਤੇ ਮੰਗ ਪੂਰੀ ਨਹੀਂ ਹੋਈ ਤਾਂ ਅਲੱਗ ਤਰੀਕੇ ਸੇ ਫਿਰ ਪ੍ਰੋਟੈਸਟ ਕਰਨਗੇ। ਇਹ ਪ੍ਰੋਟੈਸਟ ਕਰਨਾ ਹਮਾਰਾ ਰਾਈਟ ਹੈ ਔਰ ਹਮ ਇਹ ਪ੍ਰੋਟੈਸਟ ਕਰਤੇ ਰਹੇਗੇ। ਬੱਚੋ ਕੋ ਅਨਿਆਯ ਕੋ ਅਨਿਆਯ ਕੋ ਅਨਿਆਯ ਕੋ ਯੁਵਾਓਂ ਕੇ ਸਾਥ ਖਿਲਵਾੜ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਖਿਆ ਕੇ ਸਾਥ ਖਿਲਵਾੜ ਬੰਦ ਕਰੋ ਬੰਦ ਕਰੋ ਬੰਦ ਕਰੋ ਦੇਸ਼ ਭਰ ਦੇ ਵਿੱਚ ਅੱਜ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕਿਉਂਕਿ ਨੀਟ ਦੀ ਜੋ UG ਦੀ ਪ੍ਰੀਖਿਆ ਨੂੰ ਲੈ ਕੇ ਅੱਜ ਦੇਸ਼ ਭਰ ਦੇ ਵਿੱਚ ਕਾਂਗਰਸ ਅੱਜ ਪ੍ਰੋਟੈਸਟ ਕਰ ਰਹੀ ਹੈ। ਸਿੱਧੇ ਤੌਰ 'ਤੇ ਵਿਦਿਆਰਥੀਆਂ ਵੱਲੋਂ ਜਿਨ੍ਹਾਂ ਵੱਲੋਂ ਆਪਣੇ ਪੇਪਰ ਦਿੱਤੇ ਗਏ ਸੀ, ਪੇਪਰ ਲੀਕ ਦਾ ਮਾਮਲਾ ਸੀ, ਉਸ ਮਸਲੇ ਦੇ ਵਿੱਚ ਅੱਜ ਸਿੱਧੇ ਤੌਰ 'ਤੇ KC ਵੇਣੂਗੋਪਾਲ ਕਾਂਗਰਸ ਜਨਰਲ ਸੈਕਟਰੀ ਹੋਰਾਂ ਵੱਲੋਂ ਇਹ ਕਿਹਾ ਗਿਆ ਕਿ ਅੱਜ ਸੂਬਿਆਂ 'ਤੇ ਸਟੇਟ ਲੈਵਲ 'ਤੇ ਜਿਹੜੇ ਕਿ ਅੱਜ ਪ੍ਰੋਟੈਸਟ ਕੀਤੇ ਜਾਣਗੇ। ਅਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਕਿਸ ਤਰੀਕੇ ਨਾਲ ਅੱਜ ਕਾਂਗਰਸ ਦੇ ਤਮਾਮ ਵਰਕਰ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ। ਕਿਸ ਤਰੀਕੇ ਨਾਲ ਅੱਜ ਚੰਡੀਗੜ੍ਹ ਦੇ ਵਿੱਚ ਕਹਿ ਸਕਦੇ ਕਿ ਯੂਥ ਕਾਂਗਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ। ਬੈਨਰ ਜੋ ਨੈੱਟ ਐਗਜ਼ਾਮ ਦੇ ਲੈ ਕੇ ਇੱਥੇ ਪਹੁੰਚੇ ਸੀਗੇ ਅਤੇ ਕਿਤੇ ਨਾ ਕਿਤੇ ਪੁਲਿਸ ਵੱਲੋਂ ਇੱਥੇ ਹੀ ਰੋਕ ਦਿੱਤਾ ਗਿਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਇੱਥੇ
ਮੌਜੂਦ ਨੇ ਲਗਾਤਾਰ ਨਾਰੇਬਾਜ਼ੀ ਜਾਰੀ ਹੈ। ਮਨੋਜ ਜੀ ਕੀ ਕਹਿਣਾ ਚਾਹੁੰਦੇ? ਅਸੀਂ ਪ੍ਰਧਾਨ ਮੰਤਰੀ ਤੋਂ ਜਵਾਬ ਮੰਗਣਾ ਚਾਹੁੰਦੇ ਹਾਂ ਕਿ ਇਸ ਬਾਰੇ ਬੋਲੀਏ, ਦੱਸੀਏ ਵੀ ਜਿਹੜਾ ਨੀਟ ਦਾ ਏਡਾ ਬੜਾ ਸਕੈਮ ਹੋਇਆ ਇਹਦੇ ਬਾਰੇ ਕੀ ਤੁਸੀਂ, ਤੁਹਾਡਾ ਕੀ ਪਲਾਨ ਹੈ, ਕੌਣ ਇਹਦਾ ਕਲਪਰੀਟ ਹੈ ਤੇ ਕਿਉਂ ਹੋਇਆ ਸਾਰੀ ਇਜਾ? ਅਸੀਂ ਪ੍ਰਧਾਨ ਮੰਤਰੀ ਤੋਂ ਇਹਦੇ ਬਾਰੇ ਸੁਣਨਾ ਚਾਹੁੰਦੇ ਹਾਂ ਕਿ ਕਾਂਗਰਸ ਅਸਤੀਫਾ ਮੰਗ ਰਹੀ ਹੈ ਸਿੱਖਿਆ ਮੰਤਰੀ ਦਾ, ਕਹਿੰਦੇ 4 ਜੂਨ ਨੂੰ ਨਤੀਜੇ ਆਉਂਦੇ ਆ, 4 ਜੂਨ ਨੂੰ ਨੀਟ ਦੀ ਪ੍ਰੀਖਿਆ ਦੇ ਨਤੀਜੇ ਆਉਂਦੇ, ਬੜੇ ਹੈਰਾਨ। ਮੈਂ ਕਹਿੰਦਾ ਇਸ ਤੋਂ ਬੜਾ ਸਕੈਮ ਪੂਰੇ ਆਪਣੀ ਮੈਂ ਜੀਵਨ 'ਚ ਨਹੀਂ ਦੇਖਿਆ, ਅਤੇ ਅਸੀਂ ਪ੍ਰਧਾਨ ਮੰਤਰੀ ਤੋਂ ਸੁਣਨਾ ਚਾਹੁੰਦੇ ਹਾਂ ਕਿ ਜਿਹੜਾ ਤੁਸੀਂ ਐਡਾ ਬੜਾ ਇਹ ਸਕੈਮ ਕੀਤਾ ਹੈ, ਇਹ ਕਿਹਦੇ ਕਹਿਣੇ 'ਤੇ ਕੀਤਾ ਅਤੇ ਕਿਉਂ ਕੀਤਾ, ਅਤੇ ਪ੍ਰਧਾਨ ਮੰਤਰੀ ਜੀ ਇਹਦੇ ਬਾਰੇ ਕੋਈ ਨਾ ਕੋਈ ਟਿੱਪਣੀ ਆਉਣੀ ਚਾਹੀਦੀ ਹੈ। ਬੱਸ ਦਾ ਜਵਾਬ ਦੇਵਾਂਗੇ, ਸਾਡਾ ਬੱਸ ਆਈ ਹੈ ਅਤੇ ਇਹ ਜਿਹੜੇ ਉਹਨਾਂ ਦੇ ਹੀ ਗੁਰਗੇ ਨੇ ਸਾਰੇ, ਪੁਲਿਸ ਪ੍ਰਸ਼ਾਸਨ ਸਾਰਾ ਕੁਛ ਉਹਨਾਂ ਦਾ, ਅਤੇ ਸਾਡਾ ਅਸੀਂ ਹਾਂ ਲੋਕਾਂ ਦੇ, ਤੇ ਲੋਕਾਂ ਨਾਲ ਖੜਾਂਗੇ ਤੇ ਲੋਕਾਂ ਦੀ ਆਵਾਜ਼ ਬਣਾਂਗੇ। ਅੱਜ ਤੁਸੀਂ ਕਾਲਾ ਝੰਡਾ ਲੈ ਕੇ ਵੀ ਪ੍ਰਦਰਸ਼ਨ ਕਰ ਰਹੇ ਹੋ, ਸਿੱਧੇ ਤੌਰ ਤੇ ਮੰਗ ਪੂਰੀ ਨਹੀਂ ਹੋਈ ਤਾਂ ਅਲੱਗ ਤਰੀਕੇ ਸੇ ਫਿਰ ਪ੍ਰੋਟੈਸਟ ਕਰਾਂਗੇ, ਇਹ ਪ੍ਰੋਟੈਸਟ ਕਰਨਾ ਹਮਾਰਾ ਰਾਈਟ ਹੈ ਔਰ ਹਮ ਇਹ ਪ੍ਰੋਟੈਸਟ ਕਰਤੇ ਰਹੇਂਗੇ।